ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਧੂਰੀ ਦੇ ਕੋਲ ਪਿੰਡ ਵੰਗਾਵਾਲੀ ਦੇ 14 ਮਜ਼ਦੂਰ ਜਿਹੜੇ ਕਿ ਹਰਿਆਣਾ ਦੇ ਜੀਂਦ ਕੋਲ ਭੱਠੇ ਤੇ ਕੰਮ ਕਰਨ ਲਈ ਗਏ ਸੀ। ਉਹਨਾਂ ਕਿਹਾ ਕਿ ਸਾਡੇ ਨਾਲ ਇੱਕ ਔਰਤ ਸੀ ਜੋ ਕਿ ਉੱਥੇ ਰੋਟੀ ਬਣਾਉਣ ਦਾ ਕੰਮ ਕਰਦੀ ਸੀ। ਜਦੋਂ ਤਕਰੀਬਨ ਸਾਡੀ ਮਿਹਨਤ 4 ਲੱਖ ਰੁਪਏ ਦੇ ਕਰੀਬ ਹੋ ਗਈ ਸੀ, ਜਦੋਂ ਅਸੀਂ ਭੱਠਾ ਮਾਲਕ ਤੋਂ ਖਰਚੇ ਲਈ ਪੈਸੇ ਮੰਗੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਦਫ਼ਤਰ ਵਿੱਚ ਆ ਜਾਣਾ। ਜਦੋਂ ਅਸੀਂ ਦਫ਼ਤਰ ਵਿੱਚ ਗਏ ਤਾਂ ਭੱਠਾ ਮਾਲਕ ਅਤੇ ਉਸਦੇ ਵਿਅਕਤੀਆਂ ਨੇ ਸਾਨੂੰ ਰਾਡਾਂ ਅਤੇ ਡਾਂਗਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਸਾਨੂੰ ਬੰਦੀ ਬਣਾ ਕੇ ਸਾਡੇ ਕੋਲੋਂ ਜ਼ਬਰਦਸਤੀ ਕੰਮ ਕਰਾਉਣ ਲੱਗ ਪਏ ਤਾਂ ਸਾਡਾ ਠੇਕੇਦਾਰ ਬਿਕਰ ਸਿੰਘ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਵੰਤ ਸਿੰਘ ਘੁੱਲੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੀ ਸਾਰੀ ਗੱਲ ਦੱਸੀ ਤਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਵੰਤ ਸਿੰਘ ਘੁੱਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਭ ਤੋਂ ਪਹਿਲਾਂ ਹਲਕੇ ਦੇ MLA ਦਲਵੀਰ ਸਿੰਘ ਗੋਲਡੀ ਕੋਲ ਗਏ ਸੀ, ਪਰੰਤੂ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਮੇਰਾ ਹਲਕਾ ਨਹੀਂ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਹਾਈਕੋਰਟ ਰਿੱਟ ਪਾ ਕੇ ਮਾਣਯੋਗ ਅਦਾਲਤ ਦੇ ਜੱਜ ਸਾਹਿਬ ਨੇ ਜੀਂਦ ਦੇ DC ਅਤੇ SSP ਨੂੰ ਪਾਰਟੀ ਬਣਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਇਲਾਕੇ ਵਿੱਚ ਕੀ ਹੋ ਰਿਹਾ ਹੈ। ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਨਾਲ ਲੈ ਕੇ ਭੱਠੇ ਤੋਂ 14 ਵਿਅਕਤੀਆਂ ਅਤੇ ਇੱਕ ਔਰਤ ਨੂੰ ਮੌਕੇ ਤੋਂ ਆਜ਼ਾਦ ਕਰਵਾਇਆ ਅਤੇ ਅੱਜ ਅਸੀਂ ਇਹਨਾਂ ਨੂੰ ਵਾਪਸ ਇਹਨਾਂ ਦੇ ਪਰਿਵਾਰ ਵਾਲਿਆਂ ਕੋਲ ਪਹੁੰਚਾਇਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਅੱਜ ਅਸੀਂ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਹਨਾਂ ਸਾਰਿਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਭੱਠੇ ਤੋਂ ਆਏ ਸਾਰੇ ਮਜ਼ਦੂਰਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਵੰਤ ਸਿੰਘ ਘੁੱਲੀ ਦੇ ਨਾਲ ਬਲਾਕ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬਾਕੀ ਸਾਰੇ ਹੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹਨਾਂ ਕਰਕੇ ਅਸੀਂ ਅੱਜ ਆਪਣੇ ਪਰਿਵਾਰ ਵਿੱਚ ਵਾਪਸ ਆਏ ਹਾਂ। ਮੈਨੂੰ ਲੇਬਰ ਵਾਲੇ ਕਹੀ ਕਹਿੰਦੇ ਸਾਨੂੰ ਖਰਚੇ ਤੋਂ ਲੋੜ ਹੈ, ਨਾਲੇ ਸਵੇਰੇ ਟਰੈਕਟਰ ਡੀਜ਼ਲ ਹੈ ਨਹੀਂ ਸੀ, ਟਰੈਕਟਰ ਬਿਲਕੁਲ ਖੜ ਗਈ। ਮੈਂ ਬਾਊ ਜੀ ਨੂੰ ਫੋਨ ਮਾਰਿਆ ਜੀ, ਮੈਂ ਕਿਹਾ ਬਾਊ ਜੀ ਟਰੈਕਟਰ ਦੀ ਹਵਾ ਲੈਣ ਲੱਗ ਪਈ ਜੀ, ਕੱਲ੍ਹ ਤੁਸੀਂ ਕਹੋਗੇ ਫਰਾਈ ਬੰਦ ਹੋ ਗਈ ਜੀ। ਕਹਿੰਦਾ ਜੀ ਕੋਈ ਗੱਲ, ਕਹਿੰਦਾ ਮੈਂ ਮੁਨਸੀ ਨੂੰ ਭੇਜ ਦਿੰਦਾ ਜੀ, ਕਹਿੰਦਾ ਟੈਂਕੀਆਂ 'ਚ ਪਵਾ ਲਓ ਥੋੜ੍ਹਾ। ਮੈਂ ਕਿਹਾ ਜੀ ਟੈਂਕੀਆਂ ਨਾਲ ਨਹੀਂ ਗੱਲ ਬਣਨੀ, ਵੀ ਸਾਨੂੰ ਡਰੰਮ ਭਰਾ ਦਿਓ ਇਕੱਠਾ, ਫਿਰ ਰੋਜ਼ ਰੋਜ਼ ਦਾ ਕੰਮ ਹੈ, ਕਿਹੜੇ ਇੱਕ ਵਾਰੀ ਨਾਲ ਬਹੁਤ ਮੁੱਕ ਜੂਗਾ ਜੀ। ਕਹਿੰਦਾ ਜੀ ਕੋਈ ਗੱਲ ਨਹੀਂ, ਕਹਿੰਦਾ ਉੱਥੇ ਜਾਓ ਮੁਨਸੀ ਦਵੇ ਜੀ। ਇੱਥੇ ਮੈਂ ਚੱਲ ਗਿਆ ਜੀ, ਉਹਨਾਂ ਨੂੰ ਪੈਸੇ ਨਹੀਂ ਪਿਆ। ਮਾਂ ਬਾਊ ਜੀ ਅੱਜ ਤਿਉਹਾਰ ਆ ਜੀ, ਵੀ ਸਾਨੂੰ ਪੈਸੇ ਦਿਓ ਜੀ, ਨਾਲੇ ਸਾਡੇ ਡਰੈਕਟਰਾਂ 'ਚ ਤੇਲ ਨਹੀਂ ਹੈਗਾ ਜੀ। ਉਹਨਾਂ ਨੇ ਜੀ ਮੈਨੂੰ ਫਿੱਦੀ ਕਰਕੇ ਮੋੜਤਾ, ਕਹਿੰਦਾ ਮੈਂ ਖਰਚਾ ਦੇ ਕੇ ਆਉਣਾ ਗਾ ਜੀ, ਕਹਿੰਦਾ ਆ ਕੇ ਗੱਲ ਕਰਦਾ ਮੈਂ ਤੁਹਾਡੇ ਨਾਲ ਜੀ। ਉੱਥੋਂ ਖਰਚਾ ਦੇ ਕੇ ਆਇਆ ਜੀ, ਦੁਬਾਰਾ ਫਿਰ ਮੈਂ ਪੁੱਛਿਆ, ਮੈਂ ਕਿਹਾ ਬਾਊ ਜੀ ਸਾਨੂੰ ਪੈਸੇ ਦੇ ਦਿਓ ਵੀ ਇਸ਼ਤਿਹਾਰ ਆ ਜੀ, ਬੰਦੇ ਖਾਣ ਪੀਣ ਨੂੰ ਮੰਗਦੇ ਨੇ ਜੀ। ਕਹਿੰਦਾ ਜੀ ਮੈਂ ਪਿੰਡੋਂ ਅੱਜ ਲੈ ਕੇ ਆਉਣਾ, ਕਹਿੰਦਾ ਲੇਬਰ ਨੂੰ ਵੰਡਿਆ ਹੋਇਆ ਖਰਚਾ ਸਾਰਾ ਜੀ। ਉੱਥੋਂ ਪਿੰਡੋਂ ਆਇਆ ਜੀ, ਜਦੋਂ ਉੱਧਰੋਂ ਬੰਦੇ ਬੁਲਾ ਲਿਆ ਜੀ ਮੈਨੂੰ ਆ ਕੇ, ਕਹਿੰਦਾ ਜੀ ਕਹਿੰਦਾ ਆ ਜਾ ਲੈ ਜਾ ਖਰਚਾ ਜੀ। ਮੈਨੂੰ ਬੁਲਾ ਲਿਆ ਜੀ ਉੱਥੇ ਦਫ਼ਤਰ 'ਚ, ਸਾਨੂੰ ਦੋਵੇਂ ਭਾਈਆਂ ਨੂੰ ਜਾ ਕੇ ਉੱਥੋਂ ਕੁੱਟਮਾਰ ਕਰੀਏ ਜੀ ਉਹਨਾਂ ਦੀ। ਕੀ ਨਾਮ ਆ ਉਹਨਾਂ ਜਿਨ੍ਹਾਂ ਨੇ ਕੁੱਟਿਆ ਫਿਰ? ਉਹਨਾਂ ਨੂੰ ਹੱਥੀ ਬਾਬੂ ਆ ਜੀ, 5-6 ਬੰਦੇ ਬਾਹਰੋਂ ਬੁਲਾਏ ਹੋਏ ਤੇ ਉਹਨਾਂ ਦੇ ਗੱਡੀ 'ਚ ਲੈ ਕੇ ਜੀ। ਮਜ਼ਦੂਰ ਨੇ ਪਿੰਡ ਵੰਗਾਵਾਲੀ ਹਲਕਾ ਧੂਰੀ ਦੇ, ਜਿਹੜੇ ਕਿ ਜੀਨ ਦੇ ਕੋਲ ਕਿਸੇ ਭੱਠੇ 'ਤੇ ਕੰਮ ਕਰਦੇ ਸੀ। ਇਹਨਾਂ ਦੇ 4 ਟਰੈਕਟਰ ਸੀ, 15 ਬੰਦੇ ਕੰਮ ਕਰਦੇ ਸੀ। ਆਹ ਭੈਣ ਸਾਡੀ ਉੱਥੇ ਇਹਨਾਂ ਦਾ ਰੋਟੀ ਪਾਣੀ ਲਾਉਂਦੀ ਸੀ। ਇਹਨਾਂ ਨੂੰ ਉੱਥੇ ਜਦੋਂ ਇਹਨਾਂ ਦੇ 3-4 ਲੱਖ ਰੁਪਈਆ, 5 ਲੱਖ ਰੁਪਈਆ ਇਹਨਾਂ ਦਾ ਉੱਥੇ ਲੇਬਰ ਹੋਈ ਤਾਂ ਮੰਗੀ, ਤਾਂ ਉਹ ਜਿਹੜਾ ਮਾਲਕ ਸੀ ਉਹਨੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਇਹਨਾਂ ਨੂੰ ਬੰਦੀ ਬਣਾ ਕੇ ਕੰਮ ਕਰਾ ਰਿਹਾ ਸੀ। ਕਾਫੀ ਚਿਰ ਤੋਂ ਬਾਅਦ ਇਹ ਜਦੋਂ ਵੇਟ ਕਰਦੇ ਰਹੇ ਹਲਕੇ ਦੇ MLA ਗੋਲਡੀ ਕੋਲ ਗਏ ਤਾਂ ਉੱਥੋਂ ਗੋਲਡੀ ਨੇ ਇਹ ਕਹਿ ਕੇ ਇਹਨਾਂ ਨੂੰ ਟਾਲ ਦਿੱਤਾ ਕਿ ਮੇਰੇ ਹਲਕੇ ਦਾ ਕੰਮ ਨਹੀਂ, ਮੈਂ ਨਹੀਂ ਕਰ ਸਕਦਾ। ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰਪਾਲ ਚੀਮਾ ਜੀ ਸਾਡੇ ਨੰਬਰਦਾਰ ਜੀ ਨੇ, ਬਲਾਕ ਪ੍ਰਧਾਨ ਨੇ, ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਤਾਂ ਅਸੀਂ ਸਾਰਿਆਂ ਦੀ ਗੱਲ ਸੁਣ ਕੇ ਕੱਲ੍ਹ ਹਾਈ ਕੋਰਟ ਜਾ ਕੇ ਰਿੱਟ ਪਾ ਕੇ ਤਾਂ ਮਾਨਯੋਗ ਜੱਜ ਸਾਹਿਬ ਨੇ ਜੀਂਦ ਦੇ SSP ਅਤੇ DC ਨੂੰ ਪਾਰਟੀ ਬਣਾਇਆ ਕਿ ਤੁਹਾਡੇ
ਇਲਾਕੇ 'ਚ ਕੀ ਹੋਇਆ ਕਿ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਤੋਂ ਕੰਮ ਕਰਾਇਆ ਜਾ ਰਿਹਾ, ਰਾੜਾ ਨਾਲ ਕੁੱਟ ਕੇ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਸੀ। ਤਾਂ ਕੱਲ੍ਹ ਸਾਡੀ ਟੀਮ ਗਈ, ਆਮ ਆਦਮੀ ਪਾਰਟੀ ਨਾਲ ਨੰਬਰਦਾਰ ਜੀ ਸਾਡੇ ਨਾਲ ਗਏ, ਸਾਡੇ ਹੋਰ ਸਾਥੀ ਗਏ ਬਲਾਕ ਪ੍ਰਧਾਨ। ਤਾਂ ਉੱਥੋਂ ਜਦੋਂ ਰੇਡ ਪਈ ਤਾਂ ਇਹ ਇਹਨਾਂ ਨੂੰ ਉੱਥੋਂ ਰੰਗੇ ਹੱਥੀ ਵਿਚਾਰਿਆਂ ਨੂੰ ਕਾਬੂ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਕੋਰਟ ਦਾ, ਜੱਜ ਸਾਹਿਬ ਦਾ, ਕਿ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਨੂੰ, ਜਿਨ੍ਹਾਂ ਦੇ ਘਰਾਂ ਦੀ ਰੋਟੀ ਛੁੱਟੀ ਵੀ ਸੀ, ਇਹਨਾਂ ਨੂੰ ਅੱਜ ਘਰ ਆਏ ਨੇ, ਹਸਪਤਾਲ ਦੇ ਵਿੱਚ ਅੱਜ ਮੈਡੀਕਲ ਕਰਵਾ ਰਹੇ ਹਾਂ, ਔਰ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਏਗੀ। ਇਹ ਸਾਡੇ ਨੰਬਰ ਦਾ ਇਕਰ ਸਿੰਘ ਹੈ ਜੀ। ਇਹਨਾਂ ਦੇ ਦੋ ਲੜਕੇ ਜੀਂਦ ਦੇ ਲਾਗੇ ਇੱਕ ਭੱਠੇ 'ਤੇ ਬਿਆਣੀ ਰੋਡ ਦੇ ਉੱਤੇ ਲੇਬਰ ਕਰਦੇ ਸੀਗੇ, ਚਾਰ ਟਰੈਕਟਰ 'ਤੇ, ਅਤੇ ਨਾਲ ਇਹ 14 ਜਾਣੇ ਸੀਗੇ, 13 ਜੈਂਟਸ ਸੀਗੇ ਅਤੇ ਇੱਕ ਸਾਡੀ ਭੈਣ ਸੀਗੀ, ਇਹ ਇਹਨਾਂ ਦੀ ਰੋਟੀ ਪਕਾਉਂਦੀ ਸੀਗੀ। ਤਾਂ ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਉੱਥੇ ਸਾਡੇ ਬੱਚਿਆਂ ਨੂੰ ਜਿਹੜਾ ਮਾਲਕ ਆ ਉਹ ਕੁੱਟ ਕੁੱਟ ਕੇ ਕੰਮ ਕਰਵਾ ਰਿਹਾ ਅਤੇ ਪੈਸੇ ਕੋਈ ਦੇ ਨਹੀਂ ਰਿਹਾ, ਸਿਰਫ ਥੋੜ੍ਹੇ ਪੈਸੇ ਦੇ ਕੇ ਜੀ 1,00,000 ਰੁਪਇਆ ਇਹ ਕਹਿੰਦੇ ਦੇ ਰਿਹਾ ਸੀਗਾ, ਜਿਹਦੇ 'ਚੋਂ 60,000 ਰੁਪਏ ਦਾ ਡੇਲੀ ਦਾ ਤੇਲ ਮੱਚਦਾ ਸੀਗਾ ਮਹੀਨੇ ਦਾ, ਅਤੇ ਬਾਕੀ 40,000 ਦੇ ਨਾਲ ਕੋਈ ਲੇਬਰ ਦਾ ਨਹੀਂ ਸੀਗਾ ਬਣਦਾ। ਜਦੋਂ ਇਹਨਾਂ ਨੇ ਪੈਸੇ ਮੰਗੇ ਅਤੇ ਪਰਸੋਂ ਦੀ ਗੱਲ ਆ, ਤਾਂ ਇਹਨਾਂ ਨੂੰ ਰਾੜਾਂ ਦੇ ਨਾਲ ਕੁੱਟਿਆ ਗਿਆ। ਇਹਨਾਂ ਨੇ ਮੇਰੇ ਕੋਲ ਆ ਕੇ ਫਰਿਆਦ ਕੀਤੀ, ਤਾਂ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਆਪਾਂ ਭਾਈ ਤੁਹਾਡੇ ਨਾਲ ਚੱਲਦੇ ਹਾਂ ਅਤੇ ਜਾ ਕੇ ਅਸੀਂ ਉਹ ਕਰਦੇ ਹਾਂ। ਤਾਂ ਇੱਥੋਂ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ, ਕਿਉਂਕਿ ਮੇਰੇ ਬਲਾਕ ਦਾ ਕੰਮ ਸੀਗਾ ਇਹ, ਮੈਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਨਾਲ ਲੈ ਕੇ ਚੰਡੀਗੜ੍ਹ, ਉੱਥੋਂ ਅਸੀਂ ਮਿਲੇ, ਸਾਡੇ ਵਿਰੋਧੀ ਧਿਰ ਦੇ ਨੇਤਾ ਜੀ ਸੁਖਪਾਲ ਚੀਮਾ ਜੀ ਨੇ ਸਾਨੂੰ ਦੱਸਿਆ ਵੀ ਤੁਸੀਂ ਇੱਦਾਂ ਕਰਕੇ ਮਤਲਬ ਕਰੋ। ਉੱਦਾਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਹਾਈ ਕੋਰਟ ਦੇ ਵਿੱਚੋਂ ਸੰਮਣ ਕਟਾ ਕੇ, ਫਿਰ ਅਸੀਂ ਉੱਥੋਂ DC ਸਾਹਿਬ ਅਤੇ SSV ਸਾਹਿਬ ਨੂੰ ਮਾਰਕ ਕਰਾ ਕੇ ਜਾ ਕੇ ਅਸੀਂ ਜੀਂਦ ਦੇ ਉੱਤੋਂ ਬੰਦੀ ਬਣੇ ਹੋਇਆਂ ਨੂੰ ਅਸੀਂ ਲੈ ਕੇ ਆਇਆ, ਅਤੇ ਉਹਨਾਂ ਨੇ ਫਿਰ ਵੀ ਇਹਨਾਂ ਨੂੰ ਧਮਕੀਆਂ ਦਿੰਦੇ ਰਿਹਾ ਇਹਨਾਂ ਦੇ ਦੱਸਣ ਮੁਤਾਬਕ, ਕਿਉਂਕਿ ਵਾਰ ਵਾਰ ਸਾਡੀ ਫੋਨ 'ਤੇ ਗੱਲ ਨਾਲ ਬੀਤੀ ਹੈ। ਬੀਤੀ ਤਾਂ ਇਹ ਜੀ, ਅਸੀਂ ਖਰਚਾ ਮੰਗ ਰਹੇ ਅਤੇ ਹੋਲੀ ਦਾ ਧਿਆਨ ਆ ਰਿਹਾ ਸੀ, ਖਰਚਾ ਮੰਗ ਰਹੇ ਅਤੇ ਇਹਦੇ ਕਰਕੇ ਸਾਨੂੰ ਇਸ ਗੱਲ ਮਾਰਿਆ ਜਾਂਦਾ। ਇਹ ਦੋ ਬੰਦਿਆਂ ਨੂੰ, ਬਿੱਕਰ ਸਿੰਘ ਅਤੇ ਲੜਕਿਆਂ ਨੂੰ, ਦੋਹਾਂ ਨੂੰ ਕੁੱਟਣ ਪੈ ਗਿਆ ਉਹ, ਜਦੋਂ ਭੱਜ ਕੇ ਅਸੀਂ ਹੋਏ, ਜਦੋਂ ਸਾਡੇ ਵੀ ਰਾੜਾ ਇਹਨਾਂ ਨੇ ਕੁੱਟ ਕੁੱਟ ਕੇ ਸਾਨੂੰ ਵੀ ਲਾਲ ਕਰ ਦਿੱਤਾ। ਤੁਹਾਨੂੰ ਕੌਣ ਲੈ ਕੇ ਗਿਆ ਸੀ ਉਰੋ ਪਿੰਡੋ? ਪਿੰਡੋ ਸਾਨੂੰ ਬਿੱਕਰ ਸਿੰਘ ਦੇ ਨਾਲ ਥਰੂ ਗਏ ਤੇ ਜੀ। ਕੌਣ ਆ ਬਿੱਕਰ ਸਿੰਘ? ਠੇਕੇਦਾਰ ਹੈ, ਮਾਲਕ ਹੈ, ਟੈਕਟਰਾਂ ਦਾ ਮਾਲਕ ਹੈ। ਫਿਰ ਉੱਥੇ ਕੀ ਹੋਇਆ ਤੁਹਾਡੇ ਨਾਲ? ਸਾਡੇ ਨਾਲ ਕੁੱਟਮਾਰ ਕੀ, ਕੁੱਟਮਾਰ ਕੇ ਕੰਮ ਕਰਵਾ ਰਿਹਾ ਸੀ ਸਾਡੇ ਤੋਂ। ਭੱਠਾ ਮਾਲਕ ਦਾ ਕੀ ਨਾਮ? ਹੱਟੀ ਭੱਠਾ ਜੀ। ਤਰਸੇਮ ਸੈਣੀ, ਦਿਵਿਆ ਪੰਜਾਬ TV, ਧੂਰੀ।